हाँ जी सत श्री अकाल जी सारे वीरां नूं प्यार भरे हो ठीक ठाक हो आज एक सुनखे जे बच्चे दे दर्शन कराइए तुहानूं नेड़े करके विखा दे बई एक मिनट एक मिनट ते इदों देखो खट्टी तीर पूरा सुनखा बच्चा जी ਭੈਣ ਭਰਾ ਸੋਹਣੇ ਦੇ ਹਿੱਸੇ ਲੈਂਦੇ ਬਈ ਵਧੀਆ ਬਾਦੀਆਂ ਜਾਂਦੇ ਆ ਕਿਵੇਂ ਲੱਗਿਆ ਜਾਨਵਰ ਮੇਰੇ ਵੀਰ ਭਰਾਵਾਂ ਨੂੰ ਬਹਿ ਜਾ ਪਿੱਛੇ ਬਹਿ ਕੇ ਬਣਾਓ ਹੋਰ ਸਾਰਿਆਂ ਦੇ ਘਰ ਪਰਿਵਾਰ ਠੀਕ ਹੈ ਜੀ ਜਾਨਵਰ ਚੱਲੇ ਠੀਕ ਹੈ ਸਾਰਿਆਂ ਦੇ ਧਿਆਨ ਰੱਖਿਓ ਠੰਡ ਦਾ ਸੀਜ਼ਨ ਆ ਗਿਆ ਜਿੰਨਾ ਤੁਸੀਂ ਧਿਆਨ ਰੱਖ ਸਕਦੇ ਆ ਓਨਾ ਚੰਗਾ ਜਿੰਨਾ ਹੁਣ ਸੁੱਕੀ ਖੁਰਾਕ ਹੀ ਪਾਇਓ ਕਹਿਣ ਦਾ ਮਤਲਬ ਜਿਵੇਂ ਕਣਕ ਹੋ ਗਈ ਛੋਲੇ ਹੋ ਗਏ ਛੋਲੇ ਉਹਨਾਂ ਨੂੰ ਪਾਉਣੇ ਉੱਡਣ ਵਾਲੇ ਕਬੂਤਰਾਂ ਨੂੰ ਜਿਹੜੇ ਜੋੜੇ ਲੱਗੇ ਹੋਣ ਉਹਨਾਂ ਨੂੰ ਨਹੀਂ ਪਾਉਣੇ ਜੋ ਜੋੜੇ ਟੁੱਟ ਗਏ ਉਹਨਾਂ ਨੂੰ ਪਾ ਸਕਦੇ ਜਿਹੜੀ ਉਹਨਾਂ ਦੀ ਖੁਰਾਕ ਕੰਮ ਆਊਗੀ ਹੈਵੀ ਖੁਰਾਕ ਕਦੇ ਵੀ ਜੋੜੇ ਵਾਲੇ ਬੱਚਿਆਂ ਨੂੰ ਨਾ ਦਿਓ ਕਿਉਂਕਿ ਉਹਨਾਂ ਨੇ ਗਲੱਛਣਾ ਹੁੰਦਾ ਉਲਟ ਜਿਵੇਂ ਛੋਲੇ ਹੋ ਗਏ ਹੋਰ ਚੀਜ਼ਾਂ ਹੋ ਗਈਆਂ ਫਿਰ ਕਬੂਤਰਾਂ ਦੇ ਗਲ ਪੱਕਣ ਲੱਗ ਜਾਂਦੇ ਆ ਉਹਨਾਂ ਨੂੰ ਨੋਰਮਲ ਗੋਲ ਦਾਣਾ ਦੇਣਾ ਚਾਹੀਦਾ ਜਿਵੇਂ ਕਣਕ ਹੋ ਗਈ ਪਲੱਸ ਪੁਆਇੰਟ ਸਰੋਂ ਹੋ ਗਈ ਇਹ ਚੀਜ਼ਾਂ ਜੋੜੇ ਵਾਲੇ ਬੱਚਿਆਂ ਨੂੰ ਹੁਣ ਤਾਂ ਸੁੱਕੀ ਖੁਰਾਕ ਸਰੋਂ ਜਿਹੜੇ ਵੀਰ ਭਰਾ ਪਾਉਂਦੇ ਆ ਜਮਾਂ ਹੀ ਬੰਦ ਕਰ ਦਿਓ ਜਮਾਂ ਹੀ ਕਿਉਂਕਿ ਜਦੋਂ ਸਰੋਂ ਦਾ ਮਾਰਿਆ ਉਹ ਲੋਟ ਨਹੀਂ ਹੋਣਾ ਛੇਤੀ ਬਾਈ ਕਬੂਤਰ ਨੇ ਤਾਂ ਤੁਹਾਡਾ ਸੀਜ਼ਨ ਖਰਾਬ ਹੋ ਜੂ ਇੱਕ ਵਾਰੀ ਆ ਜਾਨਵਰ ਦਾ ਆਪਾਂ ਮਸਾਂ ਕਿੱਡਾ ਕੁ ਜਾਨਵਰ ਆ ਇਹ ਮਸਾਂ ਇਹਦਾ ਸਰੀਰ ਹੈਵੀ ਪੂਰਾ ਕਰਦੇ ਆ ਗਲਤ ਦਵਾਈ ਲਾਉਣ ਕਰਕੇ ਗਲਤ ਚੀਜ਼ਾਂ ਦੇਣ ਕਰਕੇ ਉਹ ਕਬੂਤਰ ਬਾਜੀ ਵੱਲੋਂ ਰਹਿ ਜਾਂਦੇ ਕਈ ਵੀਰ ਭਰਾ ਨਹੀਂ ਸੋਚਦੇ ਫਿਰ ਵੀ ਉਹਨੂੰ ਬਾਜੀ ਛੱਡਦੇ ਉਹ ਘਰੇ ਉੱਡਦਾ ਤਾਂ ਹੈ ਸੁਣਾ ਪਰ ਬਾਹਰ ਜਾ ਕੇ ਬਾਜੀ ਨਹੀਂ ਮਾਰ ਪਾਉਂਦਾ ਉਹ ਠੀਕ ਹੈ ਨਾ ਜੀ ਅਤੇ ਜਾਨਵਰ ਨੂੰ ਹਮੇਸ਼ਾ ਵੱਧ ਤੋਂ ਵੱਧ ਤੰਦਰੁਸਤ ਰਹਿਣ ਜਾਨਵਰ ਕੋਈ ਬਿਮਾਰ ਨਾ ਹੋਵੇ ਮੈਡੀਕਲਾਂ ਤੋਂ ਦੂਰ ਰਹਿਣ ਅਤੇ ਬਾਜੀਆਂ ਜਿੱਤਣੀਆਂ ਵਧੀਆ ਗੱਲ ਹੈ ਵੀਰੇ ਯਾਰ ਵਧੀਆ ਜਿੱਤ ਲਓਗੇ ਬਾਜੀਆਂ ਵਧੀਆ ਹਿੱਸੇ ਲੈ ਲਓਗੇ ਅਤੇ ਜਿੰਨਾ ਜਾਨਵਰ ਮੈਡੀਕਲ ਤੋਂ ਦੂਰ ਰਹੂਗਾ ਉਨੀ ਵਧੀਆ ਗੱਲ ਹੈ ਬਾਈ ਠੀਕ ਹੈ ਨਾ ਸਾਂਭੋ ਇਹਨਾਂ ਨੂੰ ਤੁਹਾਡੇ ਖਾਤਰ ਮਰਨਗੇ ਬਾਈ ਇਹ ਜਿਹੜੇ ਸਹੀ ਰਹਿਣਗੇ ਅਤੇ ਕੋਸ਼ਿਸ਼ ਕਰਿਓ ਵੀ ਜਿਹੜਾ ਬੱਚਾ ਬਾਹਲਾ ਬਿਮਾਰ ਰਿਹਾ ਕਰੇ ਉਹਨੂੰ ਨਸਲ ਨੂੰ ਰੱਖ ਲਿਆ ਕਰੋ ਬਾਜੀ ਨਾ ਛੱਡਿਆ ਕਰੋ ਕਈ ਵਾਰੀ ਤੁਹਾਡੇ ਹਰਨ ਦੇ ਕਾਰਨ ਉਹ ਚੀਜ਼ ਬਣ ਜਾਂਦੀ ਹੈ ਜਿੱਥੇ ਬਿਮਾਰ ਬੱਚਾ ਬਾਜੀ ਉੱਡੂਗਾ ਜੇ ਉਸੇ 'ਤੇ ਹੀ ਚੰਗਾ ਜਾਨਵਰ ਉੱਡੇ ਤਾਂ ਹੋ ਸਕਦਾ ਤੁਹਾਨੂੰ ਹਿੱਸਾ ਆ ਜਾਵੇ ਜਿੰਨੇ ਬਿਮਾਰ ਜਾਨਵਰ ਹੋਣ ਉਹਨਾਂ ਨੂੰ ਰੋਕਿਆ ਕਰੋ ਬਾਈ ਯਾਰ ਜਿਹੜੇ ਸੁੱਕ ਕੇ ਰਾਜ਼ੀ ਹੋਣ ਜਾਂ ਬਾਜੀ ਦੇ ਦਿਨਾਂ ਦੇ ਵਿੱਚ ਜਮਾਂ ਸੁੱਕ ਕੇ ਰਾਜ਼ੀ ਹੋਊਗਾ ਜਿਹੜੀ ਖੁਰਾਕ ਪਾਈ ਉਹ ਤਾਂ ਮਿੱਟੀ ਹੋ ਗਈ ਦੁਬਾਰਾ ਜਿਹੜੀ ਕਣਕ ਪਊਗੀ ਉਹਦੇ 'ਤੇ ਜਾਨਵਰ ਨੇ ਰਾਜ਼ੀ ਹੋਣਾ ਠੀਕ ਹੈ ਨਾ ਜੀ ਹੋਰ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ